ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ MCVP ਚੈਨਲ ਤੇ ਮੈਂ ਸਾਹਿਬ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਹੰਸਰਾਜ ਮਹਿਲਾ ਮਹਾਵਿਦਿਆਲੇ ਤੇ ਪੰਜਾਬ ਲੋਕ ਮੰਚ ਵੱਲੋਂ ਦੇ ਸਹਿਯੋਗ ਨਾਲ ਇੱਕ ਇਵੈਂਟ ਕਰਵਾਇਆ ਗਿਆ ਸਾਡੇ ਨਾਲ ਅੱਜ ਮੌਜੂਦ ਨੇ ਸਾਡੇ ਗੈਸਟ ਡਾਕਟਰ ਰਾਮ ਮੂਰਤੀ ਜੀ ਸੋ ਅਸੀਂ ਉਹਨਾਂ ਦਾ ਦਿਲੋਂ ਸਵਾਗਤ ਕਰਦੇ ਆਪਣੇ ਸ਼ੋਅ ਦੇ ਵਿੱਚ ਧੰਨਵਾਦ ਜੀ ਸ਼ੁਕਰੀਆ ਜੀ ਸੋ ਸਰ ਇਸ ਇਵੈਂਟ ਦੇ ਇਹਦੇ ਵਿੱਚ ਸ਼ਮੂਲੀਅਤ ਕਰਕੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਅੱਜ ਇਸ ਇਵੈਂਟ ਦੇ ਬਾਰੇ ਕੁਝ ਦੱਸੋ ਸਾਡੇ ਦਰਸ਼ਕਾਂ ਨੂੰ ਜੀ ਬੜੇ ਚਿਰਾਂ ਬਾਅਦ ਮੇਰੀ ਆਮਦ ਹੋਈ ਹੈ ਇਸ ਸਮਾਗਮ ਦੇ ਬਹਾਨੇ ਇਸ ਇੰਸਟੀਟਿਊਸ਼ਨ ਨੂੰ ਦੁਬਾਰਾ ਤੋਂ ਵੇਖ ਕੇ ਇਹਦੀ ਵਿਸ਼ਾਲਤਾ ਨੂੰ ਵੇਖ ਕੇ ਇਹਦੇ ਵਿੱਚ ਚੱਲ ਰਹੇ ਕੋਰਸਿਸ ਨੂੰ ਵੇਖ ਕੇ ਸਟਾਫ ਨੂੰ ਮਿਲ ਕੇ ਵਿਦਿਆਰਥੀਆਂ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਅਤੇ ਮੇਰਾ ਉਤਸ਼ਾਹ ਵੀ ਵਧਿਆ ਕਿ ਸਾਡੀ ਜਿਹੜੀ ਨਾਰੀ ਸਿੱਖਿਆ ਹੈ ਉਹਦੀ ਪ੍ਰਮੋਸ਼ਨ ਦੇ ਵਿੱਚ ਇਹ ਅਦਾਰਾ ਜਿਹੜਾ ਆ ਉਹ ਪੰਜਾਬ ਹੀ ਨਹੀਂ ਬਲਕਿ ਸਮੁੱਚੇ ਭਾਰਤ ਦੇ ਵਿੱਚ ਬੜੀ ਵੱਡੀ ਭੂਮਿਕਾ ਅਦਾ ਕਰ ਰਿਹਾ ਸਾਡੀਆਂ ਪੰਜਾਬ ਦੀਆਂ ਬੱਚੀਆਂ ਇੱਥੋਂ ਸਿੱਖਿਆ ਹਾਸਲ ਕਰਕੇ ਜਿਉਣ ਜੋਗੀਆਂ ਹੋ ਰਹੀਆਂ ਨੇ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਰਹੀਆਂ ਨੇ ਅਤੇ ਮੈਂ ਇਹ ਉਮੀਦ ਕਰਦਾ ਕਿ ਭਵਿੱਖ ਦੇ ਵਿੱਚ ਵੀ ਇਹ ਅਦਾਰਾ ਇਸੇ ਤਰ੍ਹਾਂ ਨਾਰੀ ਸਿੱਖਿਆ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦਾ ਰਹੇਗਾ ਜੀ ਜ਼ਰੂਰ ਸਰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਪੰਜਾਬੀ ਸਾਹਿਤ ਦਾ ਮਤਲਬ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਰੋਲ ਹੈ ਜੀ ਹਾਂਜੀ ਕੀ ਤੁਹਾਨੂੰ ਪ੍ਰੇਰਣਾ ਮਿਲਦੀ ਹੈ ਪੰਜਾਬੀ ਸਾਹਿਤ ਤੋਂ ਜੀ ਇਸ ਤਰ੍ਹਾਂ ਹੈ ਜੀ ਪੰਜਾਬੀ ਸਾਹਿਤ ਨੂੰ ਪੜ੍ਹਦੇ ਹਾਂ ਸਾਹਿਤ ਕੋਈ ਵੀ ਹੋਵੇ ਅੰਗਰੇਜ਼ੀ ਵਿੱਚ ਲਿਖਿਆ ਹੋਵੇ ਹਿੰਦੀ ਵਿੱਚ ਲਿਖਿਆ ਹੋਵੇ ਉਰਦੂ ਭਾਸ਼ਾ ਵਿੱਚ ਲਿਖਿਆ ਹੋਵੇ ਸਾਹਿਤ ਸਾਹਿਤ ਹੁੰਦਾ ਅਤੇ ਸਾਹਿਤ ਨੂੰ ਪੜ੍ਹ ਕੇ ਤੁਹਾਨੂੰ ਸਿਆਣਪ ਆਉਂਦੀ ਆ ਤੁਸੀਂ ਜਦੋਂ ਇੱਕ ਨਾਵਲ ਦੇ ਵਿੱਚ ਦੂਸਰਿਆਂ ਦੇ ਤਜ਼ਰਬਾਤ ਪੜ੍ਹਦੇ ਹੋ ਦੂਸਰਿਆਂ ਦਾ ਐਕਸਪੀਰੀਅੰਸ ਪੜ੍ਹਦੇ ਹੋ ਉਹ ਸਮੱਸਿਆਵਾਂ ਜਿਹੜੀਆਂ ਇੱਕ ਨਾਵਲ ਦੇ ਇੱਕ ਕਹਾਣੀ ਦੇ ਪਾਤਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਉਹ ਸਮੱਸਿਆਵਾਂ ਉਹਦੀ ਕਿਹੜੀ ਗਲਤੀ ਕਾਰਨ ਆਈਆਂ ਜੀਵਨ ਦੀ ਕਿਹੜੀ ਗਲਤ ਅਪਰੋਚ ਕਰਕੇ ਉਹਨੂੰ ਇਹ ਦੁੱਖ ਭੋਗਣਾ ਪਿਆ ਉਹਦੇ ਤਜ਼ਰਬੇ ਨੂੰ ਪੜ੍ਹ ਕੇ ਅਸੀਂ ਫਿਰ ਖੁਦ ਸਿੱਖਦੇ ਹਾਂ ਵੀ ਇਹ ਗਲਤੀ ਜਿਹੜੀ ਇਸ ਪਾਤਰ ਨੇ ਕੀਤੀ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਗਲਤੀ ਨਹੀਂ ਕਰਨੀ ਤੋ ਇਸ ਕਰਕੇ ਸਾਹਿਤ ਜਿਹੜਾ ਆ ਉਹ ਸਾਨੂੰ ਇਸ ਕਾਇਨਾਤ ਨੂੰ ਸਮਝਣ ਦੇ ਵਿੱਚ ਸਮਾਜ ਨੂੰ ਸਮਝਣ ਦੇ ਵਿੱਚ ਜ਼ਿੰਦਗੀ ਨੂੰ ਸਮਝਣ ਦੇ ਵਿੱਚ ਇੱਕ ਬਹੁਤ ਵੱਡੀ ਸਮਝ ਪ੍ਰਦਾਨ ਕਰਦਾ ਜੀ ਤੁਸੀਂ ਸਹੀ ਕਿਹਾ ਕਿ ਜਿਹੜਾ ਲਿਟਰੇਚਰ ਹੈ ਸਾਹਿਤ ਹੋਵੇ ਭਾਵੇਂ ਕਿਸੇ ਵੀ ਉਰਦੂ ਦਾ ਹੋਵੇ ਹਿੰਦੀ ਦਾ ਹੋਵੇ ਇੰਗਲਿਸ਼ ਦਾ ਹੋਵੇ ਸਾਨੂੰ ਪ੍ਰੇਰਣਾ ਦਿੰਦਾ ਹੈ ਅਤੇ ਜ਼ਿੰਦਗੀ ਦੇ ਵਿੱਚ ਅੱਗੇ ਚੱਲਣ ਦੇ ਲਈ ਰਾਹ ਸੁਖਾਲੇ ਕਰ ਦਿੰਦਾ ਹੈ ਜੀ ਅਤੇ ਮੈਂ ਪੁੱਛਣਾ ਚਾਹੁੰਦੀ ਹਾਂ ਨਾਲ ਹੀ ਕਿ ਤੁਹਾਡੀਆਂ ਕੁਛ ਤੁਹਾਨੂੰ ਜੋ ਪਸੰਦ ਨੇ ਲਾਈਨਾਂ ਲਿਟਰੇਚਰ ਦੀਆਂ ਕਿਸੇ ਵੀ ਲਿਟਰੇਚਰ 'ਚੋਂ ਜੀ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਜਾਣ ਤਾਂ ਜੀ ਅੰਦਰ ਬੈਠੇ ਨੇ ਡਾਕਟਰ ਸੁਰਜੀਤ ਪਾਤਰ ਜੀ ਉਹਨਾਂ ਦੀਆਂ ਗਜ਼ਲਾਂ ਉਹਨਾਂ ਦੀਆਂ ਨਜ਼ਮਾਂ ਮੈਨੂੰ ਬੜੀਆਂ ਪਸੰਦ ਨੇ ਔਰ ਮੈਨੂੰ ਜ਼ੁਬਾਨੀ ਯਾਦ ਵੀ ਨੇ ਅਤੇ ਮੈਂ ਵੀ ਇੱਕ ਅਧਿਆਪਕ ਹਾਂ ਬੇਟਾ ਅਤੇ ਅਸਿਸਟੈਂਟ ਪ੍ਰੋਫੈਸਰ ਵਜੋਂ ਮੈਂ ਪਿਛਲੇ 25 ਸਾਲ ਤੋਂ ਸਿੱਖਿਆ ਦੇ ਰਿਹਾ ਬੱਚਿਆਂ ਨੂੰ ਅਤੇ ਜਦੋਂ ਪਾਤਰ ਸਾਹਿਬ ਦੀਆਂ ਕਵਿਤਾਵਾਂ ਮੈਂ ਪੜ੍ਹਾਉਂਦਾ ਅਤੇ ਮੈਂ ਕਈ ਵਾਰ ਉਹਨਾਂ ਨੂੰ ਗਾ ਕੇ ਵੀ ਸੁਣਾਉਂਦਾ ਅਤੇ ਇੰਨੀਆਂ ਖੂਬਸੂਰਤ ਨੇ ਉਹਨਾਂ ਦੀ ਇੱਕ ਗਜ਼ਲ ਦੇ 2-4 ਸ਼ੇਰ ਮੈਂ ਗਾ ਕੇ ਤੁਹਾਨੂੰ ਦੱਸਾਂਗਾ ਇੱਕ ਮੇਰੀ ਅੱਧ ਖੜ ਜਹੀ ਆਵਾਜ਼ ਹੈ ਦੂਸਰੇ ਜੋ ਨਜ਼ਮ ਹੈ ਨਾਰਾਜ਼ ਹੈ ਇੱਕ ਮੇਰੀ ਅੱਧ ਖੜ ਜਹੀ ਆਵਾਜ਼ ਹੈ ਦੂਸਰੇ ਜੋ ਨਜ਼ਮ ਹੈ ਨਾਰਾਜ਼ ਹੈ ਇਹ ਹੈ ਮੇਰੀ ਨਜ਼ਮ ਦੀ ਨਾਰਾਜ਼ਗੀ ਪਿੰਜਰਾ ਮੈਂ ਤੇ ਉਹ ਮੇਰੀ ਪਰਵਾਜ਼ ਹੈ ਪਿੰਜਰਾ ਮੈਂ ਤੇ ਉਹ ਮੇਰੀ ਪਰਵਾਜ਼ ਹੈ ਲੰਬੀ ਗਜ਼ਲ ਆ ਹਾਂਜੀ ਬਹੁਤ ਖੂਬਸੂਰਤ ਜਿੰਨਾ ਹੀ ਖੂਬਸੂਰਤ ਡਾਕਟਰ ਸੁਰਜੀਤ ਪਾਤਰ ਜੀ ਨੇ ਲਿਖਿਆ ਉਨਾ ਹੀ ਬਹੁਤ ਤੁਸੀਂ ਵਧੀਆ ਗਾਇਆ ਜੀ ਧੰਨਵਾਦ ਹਾਂਜੀ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਇੱਥੇ ਸ਼ਮੂਲੀਅਤ ਕੀਤੀ ਇਸ ਪ੍ਰੋਗਰਾਮ ਦੇ ਵਿੱਚ ਅਤੇ ਆਪਣੇ ਕੀਮਤੀ ਸਮੇਂ ਵਿੱਚੋਂ ਸਾਨੂੰ ਸਮਾਂ ਦਿੱਤਾ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ